ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਆਪਾਂ ਬਣਾਵਾਂਗੇ ਜੀ ਚਾਟ। ਚਾਟ ਆਪਾਂ ਬਣਾਵਾਂਗੇ ਜੀ ਕਚਾਲੂਆਂ ਦਾ, ਬਿਲਕੁਲ ਸੌਖੇ ਜਿਹੇ ਤਰੀਕੇ ਨਾਲ। ਤੇ ਜੋ ਵੀ ਆਪਣੇ ਘਰ ਦੇ ਵਿੱਚ ਮਸਾਲੇ ਹੁੰਦੇ ਆ, ਉਹੀ ਚਾਟ ਨੂੰ ਇਹ ਪਾ ਕੇ ਆਪਾਂ ਚਾਟ ਨੂੰ ਅੱਜ ਬਣਾਵਾਂਗੇ। ਤੇ ਚਾਟ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਚਾਲੂਆਂ ਨੂੰ ਉਬਾਲਿਆ ਜਾਂਦਾ। ਤੇ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇਹਨਾਂ ਨੂੰ ਉਬਾਲਣਾ, ਤੇ ਬਾਕੀ ਮੈਂ ਤੁਹਾਨੂੰ ਮਸਾਲੇ ਵੀ ਦੱਸ ਦਾਂਗੀ ਆਪਾਂ ਕੀ ਪਾਇਆ। 1.5 ਕਿਲੋ ਆਪਾਂ ਕਚਾਲੂ ਲਏ ਨੇ, ਤੇ ਕਚਾਲੂਆਂ ਨੂੰ ਜਿਹੜਾ ਆਪਾਂ ਉਬਾਲਾਂਗੇ ਜੇ ਆਪਾਂ ਕੁੱਕਰ ਵਿੱਚ, ਤੇ ਸਭ ਤੋਂ ਪਹਿਲਾਂ ਆਪਾਂ ਰੱਖਾਂਗੇ ਜੀ ਜਿਹੜੇ ਥੋੜੇ ਮੋਟੇ ਜਿਹੇ ਸਾਈਜ਼ ਦੇ ਹੋਣਗੇ ਕਚਾਲੂ, ਉਹਨਾਂ ਨੂੰ ਰੱਖਾਂਗੇ ਜੀ ਆਪਾਂ ਸਭ ਤੋਂ ਥੱਲੇ, ਤੇ ਛੋਟੇ ਸਾਈਜ਼ ਦੇ ਜਿਹੜੇ ਉੱਪਰ ਰੱਖ ਲਾਂਗੇ। ਤੇ ਨਾਲ ਹੀ ਹੁਣ ਪਾ ਦੇਣਾ ਜੀ ਇਹਦੇ ਵਿੱਚ ਪਾਣੀ। ਤੁਸੀਂ ਪਤੀਲੇ ਵਿੱਚ ਵੀ ਉਬਾਲ ਸਕਦੇ ਹੋ, ਪਰ ਪਤੀਲੇ ਵਿੱਚ ਥੋੜਾ ਟਾਈਮ ਜ਼ਿਆਦਾ ਲੱਗਦਾ। ਤੇ ਪਾਣੀ ਆਪਾਂ ਪਾਵਾਂਗੇ ਜੀ ਇੰਨਾ, ਤੇ 3 ਸੀਟੀਆਂ ਲਵਾ ਕੇ ਆਪਾਂ ਜਿਹੜੇ ਕਚਾਲੂ ਉਬਾਲ ਕੇ ਤਿਆਰ ਕਰਾਂਗੇ। ਤਿੰਨ ਸੀਟੀਆਂ ਲਵਾ ਕੇ ਹੁਣ ਆਪਾਂ ਕਚਾਲੂਆਂ ਨੂੰ ਉਬਾਲ ਲੈਂਦੇ ਹਾਂ, ਤੇ ਫਿਰ ਆਪਾਂ ਉਸ ਤੋਂ ਬਾਅਦ ਚਾਟ ਬਣਾਵਾਂਗੇ। ਕਚਾਲੂ ਆਪਣੇ ਬਿਲਕੁਲ ਸੌਫਟ ਹੋ ਚੁੱਕੇ ਨੇ, ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਹਾਂ ਜੀ ਬਾਹਰ। ਇਸੇ ਤਰ੍ਹਾਂ ਹੀ ਕਰਦ ਵਿੱਚ ਫਸਾ ਕੇ ਤੇ ਆਪਾਂ ਸਾਰੇ ਕੱਢ ਲੈਂਦੇ ਹਾਂ। ਕਚਾਲੂਆਂ ਨੂੰ ਆਪਾਂ 4 ਸੀਟੀਆਂ ਲਵਾ ਕੇ ਉਬਾਲ ਕੇ ਬਿਲਕੁਲ ਕਰ ਲਏ ਨੇ ਤਿਆਰ। ਤੇ ਕਚਾਲੂ ਬਣਾਉਣ ਵਾਸਤੇ ਸਾਨੂੰ ਇੱਥੇ ਮਸਾਲੇ ਚਾਹੀਦੇ ਨੇ, ਸਾਫ ਪੀਸਿਆ ਹੋਇਆ ਧਨੀਆ, ਲਾਲ ਮਿਰਚ, ਭੁੰਨੀ ਹੋਈ ਅਜਵਾਇਣ, ਤੇ ਇੱਥੇ MDH ਦੀ ਮਿਰਚ, ਲੂਣ ਤੇ ਗਰਮ ਮਸਾਲਾ, ਤੇ ਨਾਲ ਹੀ ਆਪਾਂ ਇੱਥੇ 10 ਤੋਂ 15 ਮਿੰਟ ਪਹਿਲਾਂ ਰੱਖ ਲਈ ਸੀ ਜੀ ਭਿਉਂ ਕੇ ਇਮਲੀ। ਇੰਨਾ ਸਮਾਨ ਪਾ ਕੇ ਤੇ ਆਪਾਂ ਚਾਟ ਨੂੰ ਬਣਾ ਕੇ ਤਿਆਰ ਕਰਾਂਗੇ। ਤੇ ਹੁਣ ਸਭ ਤੋਂ ਪਹਿਲਾਂ ਆਪਾਂ ਕਚਾਲੂਆਂ ਨੂੰ ਛਿੱਲ ਲੈਂਦੇ ਹਾਂ, ਤੇ ਕਚਾਲੂ ਜਦੋਂ ਵੀ ਆਪਾਂ ਛਿੱਲਣੇ ਉਬਾਲਣੇ ਨੇ, ਤੇ ਇਹਨਾਂ ਦਾ ਛਿਲਕਾ ਜਿਹੜਾ ਜ਼ਿਆਦਾ ਜਿਹੜੇ ਆ, ਇਹਨਾਂ ਨੂੰ ਥੋੜ੍ਹਾ ਜਿੰਨੇ ਆਪਾਂ ਆਮ ਆਲੂ ਉਬਾਲੀ ਦੇ ਨੇ ਉਸ ਤੋਂ ਥੋੜ੍ਹਾ ਜਿਹਾ ਜ਼ਿਆਦਾ ਇਹਨਾਂ ਨੂੰ ਉਬਾਲ ਕੇ ਰੱਖਾਂਗੇ, ਕਿਉਂਕਿ ਕਚਾਲੂ ਆ ਜਿਹੜੇ ਖਾਣ ਲੱਗਿਆਂ ਗਲੇ 'ਚ ਲੱਗਦੇ ਨੇ। ਇਹਨਾਂ ਨੂੰ ਜ਼ਿਆਦਾ ਆਪਾਂ ਥੋੜ੍ਹਾ ਜਿਹਾ ਨਰਮ ਕਰਾਂਗੇ ਤੇ ਇਹ ਗਲੇ ਵਿੱਚ ਨਹੀਂ ਲੱਗਣਗੇ ਖਾਣ ਦੇ ਸਮੇਂ। ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਲੈਂਦੇ ਹਾਂ, ਤੁਹਾਨੂੰ ਜਿੰਨੀ ਲੋੜ ਆ ਤੁਸੀਂ ਉਨੇ ਛਿੱਲ ਕੇ, ਤੇ ਇੱਕ ਟਾਈਮ ਖਾਣ ਵਾਸਤੇ ਤੁਸੀਂ ਕਚਾਲੂ ਜਿਹੜੇ ਬਣਾ ਕੇ ਤਿਆਰ ਕਰ ਲਓ। ਬਾਕੀਆਂ ਨੂੰ ਤੁਸੀਂ ਇਸੇ ਤਰ੍ਹਾਂ ਹੀ ਛਿੱਲ ਕੇ ਚਾਹੇ ਬਿਨਾਂ ਛਿੱਲੇ ਤੋਂ ਤੁਸੀਂ ਰੱਖ ਸਕਦੇ ਹੋ, ਜਦੋਂ ਖਾਣੇ ਹੋਏ ਤੁਸੀਂ ਉਹ ਬਣਾ ਕੇ ਤੁਸੀਂ ਤਿਆਰ ਕਰ ਲਿਓ। ਆਪਾਂ ਬਣਾਵਾਂਗੇ ਜੀ 2 ਕਚਾਲੂਆਂ ਦਾ ਚਾਟ ਬਣਾ ਕੇ ਤਿਆਰ ਕਰਾਂਗੇ। ਇੱਕ ਕਚਾਲੂ ਨੂੰ ਆਪਾਂ ਛਿੱਲ ਲਿਆ, ਤੇ ਕਚਾਲੂ ਆ ਜਿਹੜੇ ਆਪਣੇ ਬਹੁਤ ਸੋਹਣੇ ਉਬਾਲ ਹੋ ਗਏ ਨੇ, ਜਿਸ ਤਰ੍ਹਾਂ ਦੇ ਚਾਹੀਦੇ ਨੇ ਸਾਨੂੰ ਉਸੇ ਤਰ੍ਹਾਂ ਦੇ ਆਪਣੇ ਕੋਲ ਆਪਾਂ ਤਿਆਰ ਕੀਤੇ ਨੇ ਉਬਾਲ ਕੇ। ਤੇ ਇਹਨਾਂ ਦੀ ਕੱਢ ਲੈਂਦੇ ਹਾਂ ਜੀ ਕਟਿੰਗ। ਕਚਾਲੂਆਂ ਨੂੰ ਆਪਾਂ ਛਿੱਲ ਲਿਆ, ਤੇ ਹੁਣ ਇਹਨਾਂ ਦੀ ਕਰ ਲੈਂਦੇ ਹਾਂ ਜੀ ਕਟਿੰਗ। ਹੁਣ ਪਾਵਾਂਗੇ ਜੀ ਆਪਾਂ ਮਸਾਲੇ, ਤੇ ਸਵਾਦ ਦੇ ਹਿਸਾਬ ਨਾਲ 1/2 ਚਮਚ ਪਾਵਾਂਗੇ ਜੀ ਆਪਾਂ ਲੂਣ ਦਾ, ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਲਾਲ ਮਿਰਚ ਜਿਹੜੀ ਰੰਗ ਵਾਲੀ ਹੁੰਦੀ ਆ, ਇਹਦੇ ਨਾਲ ਜਿਹੜਾ ਕਲਰ ਆ ਉਹ ਬਹੁਤ ਸੋਹਣਾ ਹੁੰਦਾ। ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਗਰਮ ਮਸਾਲਾ, ਤੇ ਚੌਥਾ ਹਿੱਸਾ ਪਾਵਾਂਗੇ ਆਪਾਂ ਧਨੀਆ ਪਾਊਡਰ, ਤੇ ਨਾਲ ਹੀ ਆਪਾਂ ਪਾ ਦਾਂਗੇ ਜੀ 1/2 ਚਮਚ ਆਪਾਂ ਪਾਵਾਂਗੇ ਲਾਲ ਮਿਰਚ ਦਾ, ਕਿਉਂਕਿ ਇਹ ਸਪਾਈਸੀ ਜ਼ਿਆਦਾ ਸਵਾਦ ਲੱਗਦੇ ਨੇ। ਤੇ 1 ਚਮਚ ਹੀ ਪਾਵਾਂਗੇ ਆਪਾਂ ਇੱਥੇ ਭੁੰਨੀ ਹੋਈ ਅਜਵਾਇਣ। ਅਜਵਾਇਣ ਤੋਂ ਬਿਨਾਂ ਕਚਾਲੂਆਂ ਦਾ ਟੇਸਟ ਬਿਲਕੁਲ ਅਧੂਰਾ।
ਇਹ ਤੁਸੀਂ ਜ਼ਰੂਰ ਪਾਇਓ। ਅਤੇ ਨਾਲ ਹੀ ਹੁਣ ਪਾਵਾਂਗੇ ਜੀ ਆਪਾਂ ਇਮਲੀ। ਇਮਲੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਜਿੰਨਾ ਤੁਸੀਂ ਖੱਟਾ ਰੱਖਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ। 4 ਚਮਚ ਆਪਾਂ ਇਮਲੀ ਦੇ ਪਾਵਾਂਗੇ। ਅਤੇ ਇਹਨੂੰ ਕਰ ਦਿੰਦੇ ਹਾਂ ਜੀ ਹੁਣ ਮਿਕਸ। ਤੇ ਲਓ ਜੀ ਚਾਟ ਆਪਣਾ ਬਣ ਕੇ ਬਿਲਕੁਲ ਹੋ ਗਿਆ ਜੀ ਤਿਆਰ। ਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਕੇ ਕਰਦੇ ਹਾਂ ਜੀ ਸਰਵ। ਤੇ ਲਓ ਜੀ ਆਪਣੀ ਕਚਾਲੂ ਚਾਟ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ। ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਜੀ ਪਲੇਟ ਵਿੱਚ ਪਾ ਕੇ ਸਰਵ। ਬਹੁਤ ਹੀ ਜ਼ਿਆਦਾ ਚਟਪਟੀ ਅਤੇ ਟੇਸਟੀ ਆਪਣੀ ਕਚਾਲੂ ਚਾਟ ਬਣ ਕੇ ਤਿਆਰ ਹੋਈ ਹੈ। ਅਤੇ ਲਓ ਜੀ ਆਪਣੀ ਚਾਟ ਕਚਾਲੂ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ। ਅਤੇ ਜੇਕਰ ਅੱਜ ਦੀ ਚਾਟ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।